हेलो दोस्तों, यह है मेरा वीडियो द हेल्प प्रेस से। दोस्तों आज दे चैप्टर दे विच मैं तुहानू दस्सदा कि अपना जिहड़ा है GDS मतलब कि पोस्ट ऑफिस वाला फॉर्म है, यह आपां किवें ऑनलाइन अप्लाई करना है। देखो दोस्तों मैं तुहानू इहदे स्टैप वाइज स्टैप दसूंगा ते इहदे जिहड़े बरीकी दे विच जिहड़ा आपां नू जिहड़ियां गल्लां दा ध्यान देण दी जरूरत हुंदी है दोस्तों, मैं उहदे बारे वी तुहानू इहदी पूरी जानकारी दऊंगा। देखो दोस्तों जे मतलब तुसीं इह फॉर्म भर चुके हो दोस्तों तां वी तुसीं इह देखणा, क्योंकि अगे तों तुसीं कोई भी सरकारी फॉर्म भरना है ਤਾਂ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਵੱਲ ਤੁਸੀਂ ਕਿਹੜੀਆਂ ਕਿਹੜੀਆਂ ਜੋ ਚੀਜ਼ਾਂ ਨੇ ਕਿਹੜੀਆਂ ਕਿਹੜੀਆਂ ਗੱਲਾਂ ਨੇ ਉਹਨਾਂ ਵੱਲ ਤੁਸੀਂ ਧਿਆਨ ਦੇਣਾ ਦੋਸਤੋ, ਉਹਦੇ ਬਾਰੇ ਵੀ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਊਂਗਾ। ਦੇਖੋ ਦੋਸਤੋ ਜਿਵੇਂ ਕੋਈ ਵੀ ਸਰਕਾਰੀ ਫੋਰਮ ਹੁੰਦਾ, ਵੈਸੇ ਦੋਸਤੋ ਹੁਣ ਕੋਈ ਵੀ ਸਰਕਾਰੀ ਜਦੋਂ ਫੋਰਮ ਆਇਆ ਕਰੂਗਾ, ਮੈਂ ਤੁਸੀਂ ਮੈਨੂੰ ਨੀਚੇ ਕਮੈਂਟ ਕਰਦਿਆ ਕਰੋ ਦੋਸਤੋ, ਮੈਂ ਆਪ ਹੀ ਨਾ ਉਹਦੀ ਇੱਕ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਿਆ ਕਰੂੰਗਾ। ਦੋਸਤੋ ਦੇਖੋ ਜਿਵੇਂ ਹੁਣ ਇਹ ਆਪਾਂ ਔਨਲਾਈਨ ਅਪਲਾਈ ਕਰਨਾ, ਤਾਂ ਦੋਸਤੋ ਇਹਦੇ ਜਿਹੜਾ ਔਨਲਾਈਨ ਅਪਲਾਈ ਕਰਨਾ, ਦੇਖੋ ਆਪਾਂ ਨੂੰ ਇੱਥੇ ਰਜਿਸਟ੍ਰੇਸ਼ਨ 1 'ਤੇ ਸਭ ਤੋਂ ਪਹਿਲਾਂ ਆਪਾਂ ਨੂੰ ਦੇਖੇਗਾ ਰਜਿਸਟਰ ਦੋਸਤੋ, ਆਪਾਂ ਇਹਦੇ ਉੱਤੇ ਕਲਿੱਕ ਕਰ ਲੈਣਾ। ਦੋਸਤੋ ਦੇਖੋ ਜਿਵੇਂ ਹੀ ਤੁਸੀਂ ਇਹਦਾ ਜਿਹੜਾ ਲਿੰਕ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ, ਜਿਵੇਂ ਹੀ ਤੁਸੀਂ ਦੋਸਤੋ ਲਿੰਕ ਤੇ ਕਲਿੱਕ ਕਰੋਗੇ ਦੋਸਤੋ, ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇਹਦਾ ਔਨਲਾਈਨ ਅਪਲਾਈ ਦਾ ਲਿੰਕ ਦਿੱਤਾ ਹੋਇਆ, ਤੇ ਜਿਹੜੀ ਮੈਂ ਇਹਦੀ ਪਹਿਲਾਂ ਵੀਡੀਓ ਬਣਾਈ ਸੀ ਉਹ ਵੀਡੀਓ ਦਾ ਲਿੰਕ ਵੀ ਮੈਂ ਨੀਚੇ ਦਿੱਤਾ ਹੋਇਆ, ਜੇ ਮਤਲਬ ਤੁਸੀਂ ਉਹ ਦੇਖਣਾ ਤਾਂ ਤੁਸੀਂ ਦੇਖ ਸਕਦੇ ਹੋ। ਦੇਖੋ ਦੋਸਤੋ ਜਿਵੇਂ ਹੀ ਤੁਸੀਂ ਇਹ ਲਿੰਕ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਅੱਗੇ ਇਸ ਤਰ੍ਹਾਂ ਦਾ ਵਿਊ ਨਜ਼ਰ ਆਏਗਾ ਤੁਹਾਨੂੰ। ਤਾਂ ਦੇਖੋ ਦੋਸਤੋ ਤੁਸੀਂ ਕਰਨਾ ਕੀ ਹੈ, ਤੁਸੀਂ ਆ ਨੀਚੇ ਕਲਿੱਕ ਕਰ ਲੈਣਾ ਦੋਸਤੋ ਜਿੱਥੇ ਲਿਖੋ ਆਈ ਐਮ ਨੋਟ ਏ ਰੋਬੋਟ। ਦੋਸਤੋ ਜੇ ਤੁਹਾਡੇ ਤੋਂ ਇਹ ਕੁਛ ਸਵਾਲ ਜੇ ਪੁੱਛਦਾ ਤਾਂ ਤੁਸੀਂ ਉੱਥੇ ਟਿਕ ਕਰ ਦੇਣੀ ਆ, ਅਦਰਵਾਈਜ਼ ਇਸੇ ਤਰ੍ਹਾਂ ਤੁਸੀਂ ਵੈਰੀਫਿਕੇਸ਼ਨ ਕਰਕੇ ਵੈਰੀਫਾਈ ਕਰਕੇ ਨੈਕਸਟ ਪੇਜ 'ਤੇ ਪਹੁੰਚ ਜਾਣਾ। ਦੋਸਤੋ ਦੇਖੋ ਆਪਾਂ ਇੱਕ ਵਾਰੀ ਇਹ ਜੋ ਰਿਫਰੈਸ਼ ਕੀਤਾ ਉਦੋਂ ਬਾਅਦ ਕੀ ਹੋਇਆ ਉਦੋਂ ਬਾਅਦ ਫਿਰ ਇਹੀ ਪੇਜ ਖੁੱਲ੍ਹੇਗਾ। ਦੋਸਤੋ ਆਹ ਦੇਖੋ ਆਪਾਂ ਨੇ ਕੀ ਕਰਨਾ, ਆਪਾਂ ਨੀਚੇ ਚਲੇ ਜਾਣਾ, ਆਹ ਦੇਖੋ ਇੱਥੇ ਦੇਖੋ ਦੋਸਤੋ ਥੋੜ੍ਹੀ ਜਿਹੀ ਕਾਊਂਟਿੰਗ ਤੋਂ ਬਾਅਦ ਦੇਖੋ ਦੋਸਤੋ ਇੱਥੇ ਆ ਗਿਆ ਗੈਟ ਲਿੰਕ। ਆਪਾਂ ਨੇ ਕੀ ਕਰਨਾ, ਗੈਟ ਲਿੰਕ ਦੇ ਉੱਤੇ ਕਲਿੱਕ ਕਰ ਲੈਣਾ। ਅਤੇ ਦੋਸਤੋ ਜੇ ਮਤਲਬ ਇੱਥੇ ਆਪਣਾ ਫੋਰਮ ਖੁੱਲ੍ਹਦਾ ਤਾਂ ਠੀਕ ਹੈ, ਜੇ ਨਹੀਂ ਖੁੱਲ੍ਹਦਾ ਆਪਾਂ ਜਿਵੇਂ ਇਹਨੂੰ ਕਲੋਜ਼ ਕਰਾਂਗੇ, ਬੰਦ ਕਰਾਂਗੇ, ਤਾਂ ਇਸ ਤੋਂ ਬਾਅਦ ਆਪਣਾ ਫੋਰਮ ਖੁੱਲ੍ਹ ਜਾਏਗਾ। ਦੇਖੋ ਦੋਸਤੋ ਮੈਂ ਇਹਦੇ ਉੱਤੇ ਕਲਿੱਕ ਕੀਤਾ ਤਾਂ ਆਪਣਾ ਫੋਰਮ ਹੈ ਜਿਹੜਾ ਉਹ ਖੁੱਲ੍ਹ ਗਿਆ। ਅਤੇ ਦੋਸਤੋ ਹੁਣ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਨੇ ਇਹ ਫੋਰਮ ਭਰਨਾ ਕਿਵੇਂ ਆ। ਦੇਖੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਨੂੰ ਦਿੱਤਾ ਹੋਇਆ ਆਪਣਾ ਨਾਮ। ਦੋਸਤੋ ਇਹ ਆਪਾਂ ਉਸੇ ਹਿਸਾਬ ਨਾਲ ਭਰਨਾ ਜਿਸ ਹਿਸਾਬ ਨਾਲ ਆਪਣਾ 10th ਦੇ ਸਰਟੀਫਿਕੇਟ ਦੇ ਉੱਤੇ ਹੈ। ਮੰਨ ਲਓ ਕਿ ਮੈਂ ਇੱਥੇ ਆਪਦਾ ਕੁਛ ਵੀ ਨਾਮ ਭਰ ਦਿੰਦਾ, ਜਿਵੇਂ ਮੈਂ ਭਰਤਾ ਰਾਮ ਸਿੰਘ। ਦੋਸਤੋ ਫਾਦਰ ਨੇ ਮੈਂ ਭਰ ਦਿੰਦਾ ਕੁਛ ਵੀ ਦਰਸ਼ਨ ਸਿੰਘ। ਦੋਸਤੋ ਇਹ ਤਾਂ ਸਿਰਫ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਸਮਝਾਉਣ ਦੇ ਲਈ। ਉਸ ਤੋਂ ਬਾਅਦ ਦੋਸਤੋ ਮੋਬਾਈਲ ਨੰਬਰ, ਦੋਸਤੋ ਮੋਬਾਈਲ ਨੰਬਰ ਦੇ ਮੂਹਰੇ ਆਪਾਂ ਕੋਈ +99 ਨਹੀਂ ਪਾਉਣਾ ਹੁੰਦਾ, ਆਪਾਂ ਨੇ ਕੋਈ ਇਹਦੇ ਮੂਹਰੇ 0 ਨਹੀਂ ਪਾਉਣੀ ਹੁੰਦੀ। ਬਸ ਜਿਹੜਾ ਆਪਣਾ ਨੰਬਰ ਹੈਗਾ ਬਸ ਉਸੇ ਤਰ੍ਹਾਂ ਆਪਾਂ ਟਾਈਪ ਕਰ ਦੇਣਾ। ਮੈਂ ਮੰਨ ਲਓ ਕੁਛ ਵੀ ਟਾਈਪ ਕਰ ਦੇਣਾ, ਚਲੋ ਮੈਂ ਨੰਬਰ ਟਾਈਪ ਕਰ ਦੇਣਾ। ਦੋਸਤੋ ਉਸ ਤੋਂ ਬਾਅਦ ਮੈਨੂੰ ਪੁੱਛ ਰਿਹਾ ਡੇਟ ਆਫ ਬਰਥ। ਦੋਸਤੋ ਜੋ ਵੀ ਆਪਣੀ ਡੇਟ ਆਫ ਬਰਥ ਆ ਉਹ ਇੱਥੇ ਟਾਈਪ ਕਰ ਦਿਓ, ਮੈਂ ਇੱਕ ਵਾਰੀ ਵੈਸੇ ਟਾਈਪ ਕਰ ਦੇਣਾ ਦੇਖੋ। ਅਤੇ ਦੋਸਤੋ ਉਸ ਤੋਂ ਬਾਅਦ ਪੁੱਛ ਰਿਹਾ ਜੈਂਡਰ ਮੇਲ ਜਾਂ ਫਿਰ ਫੀਮੇਲ, ਮੈਂ ਮੇਲ ਕਰ ਦੇਣਾ। ਕਮਿਊਨਿਟੀ, ਦੇਖੋ ਦੋਸਤੋ ਇਹਦੇ ਵਿੱਚ ਆਪਾਂ ਨੂੰ ਪੁੱਛ ਰਿਹਾ ਯੂ ਆਰ ਅਨਰਿਜ਼ਰਵਡ। ਦੋਸਤੋ ਅਨਰਿਜ਼ਰਵਡ ਕੈਟੇਗਰੀ ਹੁੰਦੀ ਹੈ ਜਨਰਲ ਕੈਟੇਗਰੀ, ਜਿਹੜੇ ਜਨਰਲ ਕੈਟੇਗਰੀ ਚਾਹੁੰਦੇ ਨੇ ਉਹ ਅਨਰਿਜ਼ਰਵਡ ਕੈਟੇਗਰੀ ਇੱਥੇ ਸਿਲੈਕਟ ਕਰਨਗੇ। OBC ਪਤਾ ਹੀ ਹੈ, SC ਪਤਾ ਹੀ ਹੈ, ST ਪਤਾ ਹੀ ਹੈ। ਦੋਸਤੋ ਇੱਕ ਗੱਲ ਹੋਰ, ਜਦੋਂ ਮੰਨ ਲਓ ਆਪਾਂ ਅਨਰਿਜ਼ਰਵਡ ਜੋ ਮਤਲਬ ਜਨਰਲ ਕੈਟੇਗਰੀ ਅਨਰਿਜ਼ਰਵਡ, ਦੋਸਤੋ ਜਦੋਂ ਆਪਾਂ ਇਹ ਕੈਟੇਗਰੀ ਸਿਲੈਕਟ ਕਰਦੇ ਹਾਂ ਤਾਂ ਇੱਥੇ ਇਦੋਂ ਬਾਅਦ ਆਪਾਂ ਨੂੰ ਪੁੱਛਦਾ EWS ਕੈਟੇਗਰੀ। ਦੋਸਤੋ EWS ਕੈਟੇਗਰੀ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕੀ ਹੈ, ਜਿਹੜੇ ਕੈਂਡੀਡੇਟ ਦੇ ਕੋਲੇ ਇਨਕਮ ਸਰਟੀਫਿਕੇਟ ਹੈਗਾ ਤੇ ਉਹਨਾਂ ਨੇ ਲਿਖਵਾਇਆ ਹੋਇਆ ਕਿ ਸਾਡੀ ਜਿਹੜੀ ਇਨਕਮ ਹੈ ਉਹ 50,000 ਰੁਪਏ ਤੋਂ ਘੱਟ ਹੈ, ਉਹ ਇੱਥੇ ਯੈਸ ਕਰੇਗਾ, ਅਦਰਵਾਈਜ਼ ਨੋ ਕਰਨਗੇ। ਮਤਲਬ ਕਿ ਇਹਦੇ ਵਿੱਚ ਤੁਹਾਡੇ ਕੋਲੇ 50,000 ਰੁਪਏ ਤੋਂ ਘੱਟ ਇਨਕਮ ਦਾ ਸਰਟੀਫਿਕੇਟ ਜ਼ਰੂਰ ਹੋਣਾ ਚਾਹੀਦਾ ਦੋਸਤੋ, ਫਿਰ ਹੀ ਤੁਸੀਂ ਇਹਨੂੰ ਯੈਸ ਕਰਨਾ, ਅਦਰਵਾਈਜ਼ ਤੁਸੀਂ ਨੋ ਕਰਕੇ ਅੱਗੇ ਜਾਣਾ। ਜੇ ਤੁਸੀਂ ਇੱਥੇ ਯੈਸ ਕੀਤਾ ਫਿਰ ਤੁਹਾਨੂੰ ਫੀਸ ਮਾਫ਼ ਹੋ ਜਾਏਗੀ। ਅਤੇ ਦੋਸਤੋ ਮੈਂ ਚਲੋ ਇੱਕ ਵਾਰੀ ਮੈਂ ਤੁਹਾਨੂੰ ਦੱਸ ਹੀ ਰਿਹਾ, ਕਿਉਂਕਿ ਜੇ ਮੈਂ ਅਨਰਿਜ਼ਰਵਡ ਮਤਲਬ ਕਿ ਜਨਰਲ ਕੈਟੇਗਰੀ ਦੇ ਵਿੱਚ ਭਰਤਾ ਜਾਂ ਫਿਰ OBC ਕੈਟੇਗਰੀ ਦੇ ਵਿੱਚ ਭਰਤਾ ਤਾਂ ਮੈਨੂੰ ਇਹਦਾ ਚਲਾਨ ਭਰ ਕੇ ਆਉਣਾ ਪਏਗਾ। ਇਸ ਕਰਕੇ ਮੈਂ ਕੀ ਕਰਦਾ, ਮੈਂ SC ਸਿਲੈਕਟ ਕਰਕੇ ਤੁਹਾਨੂੰ ਇੱਕ ਵਾਰੀ ਇਹਦਾ ਫੁੱਲ ਜਿਹੜਾ ਫੋਰਮ ਹੈ ਇਹ ਭਰ ਕੇ ਦਿਖਾ ਦਿੰਦਾ। ਤਾਂ ਉਸ ਤੋਂ ਬਾਅਦ ਦੋਸਤੋ ਕੀ ਕਰਨਾ, ਦੇਖੋ ਇੱਥੇ ਪੁੱਛ ਰਿਹਾ ਪਰਸਨ ਵਿਦ ਡਿਸੇਬਿਲਿਟੀ। ਦੋਸਤੋ ਇਹ ਹੁੰਦੀ ਹੈ ਆਪਣੀ ਹੈਂਡੀਕੈਪ, ਮਤਲਬ ਕਿ ਕੈਂਡੀਡੇਟ ਹੈਂਡੀਕੈਪ ਤਾਂ ਨਹੀਂ, ਜੇ ਮਤਲਬ ਹੈਂਡੀਕੈਪ ਹੈਗਾ ਤਾਂ ਇੱਥੇ ਯੈਸ ਕਰ ਦਿਓ, ਅਦਰਵਾਈਜ਼ ਨੋ ਕਰ ਦਿਓ। ਦੋਸਤੋ ਜਿਹੜਾ ਹੈਂਡੀਕੈਪ ਹੈ ਉਹਨੂੰ ਆਪਣੀ PWD ਕੈਟੇਗਰੀ ਮਤਲਬ ਕਿ ਕੈਟੇਗਰੀ ਇੱਥੇ ਸਿਲੈਕਟ ਕਰਨੀ ਪੈਂਦੀ ਹੈ, ਮਤਲਬ ਕਿ ਉਹ ਕਿਸ 'ਤੇ ਹੈ, OH ਮਤਲਬ ਕਿ ਔਰਥੋ 'ਚ ਹੈ ਜਾਂ ਫਿਰ ਲਿਸਨ 'ਚ ਹੈ ਜਾਂ ਫਿਰ ਸਪੀਕਿੰਗ 'ਚ ਹੈ, ਦੋਸਤੋ ਉਹ ਇੱਥੇ ਦੱਸਣਾ ਪੈਂਦਾ ਹੁੰਦਾ। ਅਤੇ ਉਦੋਂ ਬਾਅਦ ਆਪਣੀ ਵੀ ਮਤਲਬ ਜੋ ਸਬ ਕੈਟੇਗਰੀ ਕਿੰਨੀ ਪਰਸੈਂਟੇਜ ਹੈ ਦੋਸਤੋ ਉਹ ਵਗੈਰਾ ਵੀ ਇੱਥੇ ਭਰਨੀ ਪੈਂਦੀ ਹੁੰਦੀ ਹੈ। ਉਸ ਤੋਂ ਬਾਅਦ ਦੇਖੋ ਦੋਸਤੋ ਆਪਾਂ ਨੂੰ ਪੁੱਛਦਾ ਸਰਕਲ। ਦੋਸਤੋ ਆਪਾਂ ਨੇ ਜਿੱਥੋਂ ਆਪਣੀ 10ਵੀਂ ਪਾਸ ਕੀਤੀ ਹੈ ਉਹ, ਜੇ ਆਪਾਂ ਪੰਜਾਬ ਤੋਂ ਪਾਸ ਕੀਤੀ ਤਾਂ ਆਪਾਂ ਇੱਥੇ ਪੰਜਾਬ ਭਰ ਦਾਂਗੇ, ਜੇ ਆਪਾਂ ਨੇ ਕਿਤੋਂ ਹੋਰ ਪਾਸ ਕੀਤੀ ਹੈ ਤਾਂ ਆਪਾਂ ਇੱਥੇ ਉਹ ਸਟੇਟ ਭਰ ਦਾਂਗੇ। ਅਤੇ ਉਦੋਂ ਬਾਅਦ ਦੋਸਤੋ ਆਪਾਂ ਨੂੰ ਪੁੱਛ ਰਿਹਾ ਬੋਰਡ ਕਿਹੜਾ ਸੀਗਾ। ਦੋਸਤੋ ਜਿਵੇਂ ਆਪਾਂ ਪੰਜਾਬ 'ਤੇ ਕਲਿੱਕ ਕੀਤਾ ਤਾਂ ਇੱਥੇ ਆ ਜਾਏਗਾ, ਦੇਖੋ
ਪੰਜਾਬ ਸਕੂਲ ਐਜੂਕੇਸ਼ਨ ਬੋਰਡ। ਦੇਖੋ ਦੋਸਤੋ ਇੱਥੇ ਮੈਨੂੰ ਪੁੱਛ ਰਿਹਾ ਬੋਰਡ, ਤਾਂ ਦੋਸਤੋ ਮੈਂ ਇੱਥੇ ਬੋਰਡ ਵੈਸੇ ਭਰ ਦਿੰਦਾ ਕੋਈ ਵੀ। ਦੋਸਤੋ ਜੇ ਆਪਾਂ ਇੱਥੇ ਜਿਹੜੇ ਜਿਹੜੇ ਵੀ ਈਅਰ 'ਚ ਆ ਰਹੇ ਹਾਂ, ਜਿਹੜੇ ਜਿਹੜੇ ਵੀ ਆਪਾਂ ਫਿਲ ਕਰਦੇ ਹਾਂ, ਆਪਾਂ ਉਹ ਇੱਥੇ ਭਰ ਸਕਦੇ ਹਾਂ। ਮੰਨ ਲਓ ਕਿ ਮੈਂ 2012-13 ਤੋਂ ਲੈ ਕੇ ਮਤਲਬ ਮੈਂ 12-13 ਤੋਂ ਬਾਅਦ ਕੀਤੀ ਹੈ, ਤਾਂ ਮੈਂ ਇੱਥੇ ਆਹ ਭਰਤਾ, ਉਦੋਂ ਬਾਅਦ ਮੈਂ ਸਿਲੈਕਟ ਈਅਰ ਭਰ ਦਾਂਗਾ। ਮੰਨ ਲਓ ਮੈਂ 2013 ਦੇ ਵਿੱਚ ਪਾਸ ਕੀਤੀ ਹੈ, ਫੋਰ ਐਗਜ਼ਾਮਪਲ ਦੋਸਤੋ, ਇੱਕ ਐਗਜ਼ਾਮਪਲ ਹੀ ਦੇ ਰਿਹਾ ਤੁਹਾਨੂੰ। ਉਸ ਤੋਂ ਬਾਅਦ ਦੋਸਤੋ ਆਪਾਂ ਨੂੰ ਕਹਿ ਰਹੇ ਕਿ ਤੁਸੀਂ ਫੋਟੋ ਅਪਲੋਡ ਕਰੋ। ਦੇਖੋ ਦੋਸਤੋ ਇਹਨਾਂ ਨੇ ਇੱਥੇ ਫੋਟੋ ਦਾ ਸਾਈਜ਼ ਦਿੱਤਾ ਹੋਇਆ 50 KB 200 DPI। ਦੋਸਤੋ ਜਾਂ ਤਾਂ ਇਹ ਕਰ ਲਓ ਜਾਂ ਫਿਰ ਆਹ। ਦੋਸਤੋ ਕੁਛ ਨਹੀਂ, ਇਹ ਆਪਾਂ ਨੇ ਜਿਹੜੀ ਫੋਟੋ ਹੈ, ਮੈਂ ਇੱਕ ਫੋਟੋ ਸਿਲੈਕਟ ਕੀਤੀ। ਇੱਕ ਦੋਸਤੋ ਕਈ ਵਾਰੀ ਆਪਣੀ ਫੋਟੋ ਨਾ ਉੱਥੇ ਲੱਗਦੀ ਨਹੀਂ ਹੁੰਦੀ, ਉਹਦਾ ਨਾ ਲੱਗਣ ਦਾ ਕਾਰਨ ਇਹ ਹੁੰਦਾ ਕਿ ਆਪਾਂ ਨੇ ਜਿਹੜਾ ਉਹਨੂੰ ਨਾਮ ਦਿੱਤਾ ਹੁੰਦਾ, ਫੋਟੋ ਨੂੰ ਨਾਮ ਦਿੱਤਾ ਹੁੰਦਾ, ਉਹ ਸਹੀ ਨਹੀਂ ਦਿੱਤਾ ਹੁੰਦਾ। ਜਿਵੇਂ ਹੁਣ ਆਹ ਦੇਖੋ, ਆਹ ਫੋਟੋ ਸੀ, ਇਹਦਾ ਹੈਗਾ IMG/2019। ਦੋਸਤੋ ਇਸ ਤਰ੍ਹਾਂ ਨਾਮ ਨਹੀਂ, ਇਹਦਾ ਨਾਮ ਬਦਲ ਕੇ, ਇਹਦਾ ਮਤਲਬ ਰੀਨੇਮ ਕਰਕੇ ਇਹਦਾ ਨਾਮ ਕੁਛ ਈਜ਼ੀ ਜਿਹਾ ਰੱਖ ਲਓ। ਜਿਵੇਂ ਮੈਂ ਰੱਖ ਦਿੰਦਾ ABC ਰੱਖਤੀ ਦੋਸਤੋ, ਇਸ ਤਰ੍ਹਾਂ ਸਿੰਪਲ ਜਿਹਾ, ਠੀਕ ਹੈ। ਇਸ ਤਰ੍ਹਾਂ ਦੋਸਤੋ ਮੈਂ ਇਹਦਾ ਨਾਮ ਰੱਖਤਾ, ਤਾਂ ਮੈਂ ਕੀ ਕਰਦਾ ਹੁਣ, ਮੈਂ ਦੋਸਤੋ ਇੱਥੇ ਆਪਣੀ ਫੋਟੋ ਪੇਸਟ ਵੀ ਕਰਨੀ ਹੈ, ਚਿਪਕਾਉਣੀ ਹੈ ਇੱਥੇ। ਤਾਂ ਦੋਸਤੋ ਮੈਂ ਕੀ ਕਰੂੰਗਾ, ਮੈਂ ਦੇਖੋ ਪਹਿਲਾਂ ਇਹਦਾ ਸਾਈਜ਼ ਸੈੱਟ ਕਰੂੰਗਾ। ਦੋਸਤੋ ਸਾਈਜ਼ ਸੈੱਟ ਕਿਵੇਂ ਹੁੰਦਾ, ਮੈਂ ਤੁਹਾਨੂੰ ਸਾਈਜ਼ ਸੈੱਟ ਕਰਨਾ ਵੀ ਦੱਸ ਦਿੰਦਾ। ਦੇਖੋ ਆਪਾਂ ਇਹ ਕਰਾਂਗੇ ਓਪਨ ਵਿਦ ਪੇਂਟ ਦੇ ਵਿੱਚ। ਦੋਸਤੋ ਜਿਹੜੀ ਇਹ ਫੋਟੋ ਆ, ਮੈਨੂੰ ਪੇਂਟ ਦੇ ਵਿੱਚ ਓਪਨ ਕਰ ਲਈ ਹੈ। ਮੈਂ ਕੀ ਕਰਦਾ, Ctrl+W ਦੋਸਤੋ ਆਪਦੇ ਕੀਬੋਰਡ ਤੋਂ ਮੈਂ ਦੱਬਿਆ ਕੰਟਰੋਲ ਦੱਬ ਕੇ, ਉਦੋਂ ਬਾਅਦ ਮੈਂ ਕੰਟਰੋਲ ਦੇ ਨਾਲ ਹੀ ਮੈਂ ਦੱਬਿਆ W, ਤਾਂ ਦੋਸਤੋ ਇਸ ਤਰ੍ਹਾਂ ਦੀ ਵਿੰਡੋ ਖੁੱਲ ਜਾਏਗੀ। ਤਾਂ ਮੈਂ ਕੀ ਕਰਦਾ, ਇੱਥੇ ਮੈਂ ਇੱਥੇ 100 ਦੀ ਥਾਂ 'ਤੇ, ਜਿੱਥੇ ਇਹ 100 ਹੈ, 100 ਦੀ ਥਾਂ 'ਤੇ ਮੈਂ ਕਰ ਦਿੰਦਾ 80, ਮਤਲਬ ਕਿ ਥੋੜ੍ਹਾ ਜਿਹਾ ਇਹਨੂੰ ਘਟਾ ਦਿੰਦਾ। ਦੋਸਤੋ ਘਟਾਇਆ, ਉਦੋਂ ਬਾਅਦ ਮੈਨੂੰ ਸੇਵ ਕਰਦਾ Ctrl+S। ਜਿਵੇਂ ਮੈਂ Ctrl+S ਕੀਤਾ, ਤਾਂ ਦੇਖੋ ਦੋਸਤੋ ਮੈਨੂੰ ਇੱਥੇ ਆ ਦੇਖੋ ਨੀਚੇ ਮੈਨੂੰ ਇਹ KB'ਆਂ 'ਚ ਦਿਖਾਉਣ ਲੱਗ ਗਿਆ ਕਿ ਮੇਰੀ ਇਹ ਜਿਹੜੀ ਫੋਟੋ ਹੈ ਕਿੰਨੇ KB ਹੈ। ਪਰ ਦੋਸਤੋ ਹੁਣ ਮੈਨੂੰ ਦੇਖਣਾ ਪਏਗਾ ਕਿ ਇਹਨੇ ਕੀ ਕਿਹਾ ਹੋਇਆ। ਇਹਨੇ ਕਿਹਾ ਹੋਇਆ Size Up To। ਦੋਸਤੋ Size Up To ਮਤਲਬ 50 KB ਤੱਕ ਦਾ ਹੋਣਾ ਚਾਹੀਦਾ, ਜੇ ਇਹ ਤੋਂ ਵੱਡਾ ਸਾਈਜ਼ ਹੈ ਤਾਂ ਉਹ ਅਪਲੋਡ ਨਹੀਂ ਹੋਵੇਗਾ। ਤਾਂ ਦੋਸਤੋ ਮੈਂ ਕੀ ਕਰਦਾ, ਮੈਂ ਇਹਦਾ ਸਾਈਜ਼ ਥੋੜ੍ਹਾ ਜਿਹਾ ਹੋਰ ਘਟਾ ਦਿੰਦਾ। ਦੋਸਤੋ ਤੁਸੀਂ 80-80 ਕਰਕੇ ਹੀ ਘਟਾਉਣਾ, ਇਹ ਨਾ ਹੋਵੇ ਕਿਤੇ ਤੁਸੀਂ ਡਾਇਰੈਕਟ ਹੀ 50 ਕਰ ਦਿਉ, 40 ਕਰ ਦਿਉ, ਦੋਸਤੋ ਜ਼ਿਆਦਾ ਘੱਟ ਜਾਏਗਾ। ਤੁਸੀਂ 80-80 ਕਰਕੇ ਹੀ ਘਟਾਉਣਾ। 80 ਕਰਤਾ Ctrl+S, ਫਿਰ Ctrl+W, ਇੱਥੇ 80 ਕਰਤਾ, ਫਿਰ Ctrl+S ਕਰਤਾ। ਦੇਖੋ ਦੋਸਤੋ 53 KB ਦੀ ਰਹਿ ਗਈ ਫੋਟੋ। ਮੈਂ ਕੀ ਕਰਦਾ, ਮੈਨੂੰ ਥੋੜ੍ਹਾ ਜਿਹਾ ਹੋਰ ਛੋਟਾ ਕਰ ਦਿੰਦਾ ਫੋਟੋ ਨੂੰ। ਦੇਖੋ ਦੋਸਤੋ ਮੈਂ ਥੋੜ੍ਹਾ ਜਿਹਾ ਫੋਟੋ ਦਾ ਹੋਰ ਸਾਈਜ਼ ਛੋਟਾ ਕੀਤਾ, ਤਾਂ ਦੋਸਤੋ ਮੇਰੇ ਕੋਲ ਸਿਰਫ 39 KB ਦੀ ਫੋਟੋ ਰਹਿ ਗਈ, ਮਤਲਬ ਕਿ ਐਂ ਸਮਝ ਲਓ ਕਿ 40 KB ਦੀ ਫੋਟੋ ਰਹਿ ਗਈ। ਦੋਸਤੋ ਇਹ ਤਾਂ ਸਿਰਫ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਦੋਸਤੋ। ਮੈਂ ਇਸ ਕਰਕੇ ਜਿਹੜੀ ਫੋਟੋ ਹੈ ਇਹ ਵੀ ਮੈਂ ਵੈਸੇ ਚੱਕ ਲਈ, ਮੈਂ ਫੋਟੋ ਨੂੰ ਨਾਮ ਦਿੱਤਾ ਸੀ ABC। ਤਾਂ ਦੇਖੋ ਦੋਸਤੋ ਮੈਂ ਇੱਕ ਵਾਰੀ ਤੁਹਾਨੂੰ ਫੋਟੋ ਲਗਾ ਕੇ ਵੀ ਦਿਖਾ ਦਿੰਦਾ। ਦੇਖੋ ਮੈਂ ਫੋਟੋ ਲਗਾਈ, ਦੇਖੋ ਦੋਸਤੋ ਫੋਟੋ ਲੱਗ ਗਈ। ਮੈਂ ਜਿਵੇਂ ਫੋਟੋ ਦਾ ਸਾਈਜ਼ ਸੈੱਟ ਕੀਤਾ ਸੀ ਦੋਸਤੋ, ਕਈ ਵਾਰੀ ਲੋਕ ਕੀ ਕਰਦੇ ਨੇ ਡਾਇਮੈਂਸ਼ਨ ਸੈੱਟ ਕਰਨ ਲੱਗ ਜਾਂਦੇ ਨੇ 200-230। ਦੋਸਤੋ ਬਹੁਤ ਜ਼ਿਆਦਾ ਘੱਟ ਵੈਬਸਾਈਟਾਂ ਇਹੋ ਜਿਹੀਆਂ ਨੇ ਜਿਹੜੀਆਂ ਮਤਲਬ ਡਾਇਮੈਂਸ਼ਨ ਚੱਕਦੇ ਨੇ, ਅਦਰਵਾਈਜ਼ ਕੀ ਹੁੰਦਾ, ਆਪਾਂ ਨੇ ਸਿਰਫ ਆਹੀ ਦੇਖਣਾ ਹੁੰਦਾ ਵੀ ਕਿੰਨੇ KB ਦੀ ਹੈ ਫੋਟੋ। ਜਿੰਨੇ KB ਦੀ ਹੈਗੀ ਹੈ ਬਸ ਆਪਾਂ ਨੇ ਉਹੀ ਚੇਪ ਦੇਣੀ ਹੈ, ਮਤਲਬ ਕਿ ਆਪਾਂ KB'ਆਂ 'ਚ ਹੀ ਦੇਖਣੀ ਹੁੰਦੀ ਹੈ ਫੋਟੋ। ਆਹ ਤਾਂ ਦੋਸਤੋ ਆਲਮੋਸਟ ਹਰੇਕ ਜਿਹੜੀ ਵੈਬਸਾਈਟ ਆ ਉਹ ਸੈੱਟ ਕਰ ਹੀ ਲੈਂਦੀ ਹੁੰਦੀ ਆ। ਹੁਣ ਉਦੋਂ ਬਾਅਦ ਦੇਖੋ ਦੋਸਤੋ ਮੈਨੂੰ ਕਹਿ ਰਿਹਾ ਇਹ ਕਿ ਜਿਹੜੇ ਮਤਲਬ ਸਿਗਨੇਚਰ ਨੇ ਉਹ ਵੱਧੋ ਵੱਧ 20 KB ਦੇ ਹੋਣੇ ਚਾਹੀਦੇ ਨੇ। ਦੇਖੋ ਦੋਸਤੋ ਮੈਂ ਤਾਂ ਇਹੀ ਜਿਹੜੀ ਫੋਟੋ ਹੈ ਇਹਨੂੰ ਹੀ ਕੱਟ ਲਿਆ। ਦੋਸਤੋ ਇੱਕ ਸਿਰਫ ਤੁਹਾਨੂੰ ਐਗਜ਼ਾਮਪਲ ਹੀ ਦੇਣੀ ਸੀ। ਦੇਖੋ ਇਹਦਾ ਤਾਂ ਦੋਸਤੋ ਦੇਖੋ ਮੈਂ ਸਿਰ ਜਿਹਾ ਕੱਟ ਲਿਆ, ਇੱਧਰ ਮੈਂ ਤੁਹਾਨੂੰ ਦਿਖਾਉਂਦਾ, ਮੈਨੂੰ ਬਸ ਇਹਦਾ ਸੈੱਟ ਕਰਨਾ ਪਏਗਾ। ਇਹ ਦੇਖੋ ਦੋਸਤੋ ਮੈਨੂੰ ਇੱਕ ਤਾਂ ਇਹਦਾ ਫੋਟੋ ਦਾ ਨਾਮ ਚੇਂਜ ਕਰਨਾ ਪਏਗਾ ਕਿਉਂਕਿ ਨਾਮ ਨਹੀਂ ਸੈੱਟ ਹੈਗਾ, ਅਤੇ ਦੂਸਰਾ ਮੈਨੂੰ ਇਹ ਫੋਟੋ ਦਾ ਸਾਈਜ਼ ਆ ਜਿਹੜਾ ਉਹ ਸੈੱਟ ਕਰਨਾ ਪਏਗਾ। ਦੇਖੋ ਦੋਸਤੋ ਮੈਂ ਤਾਂ ਵੈਸੇ ਹੀ ਕੋਈ ਫੋਟੋ ਚੱਕ ਲਈ, ਮੈਂ ਕੀ ਕਰਦਾ Ctrl+W, ਇਹਦਾ ਸਾਈਜ਼ 100 ਸੀ 80 ਕਰਤਾ। ਦੋਸਤੋ ਕੰਟਰੋਲ ਸੇਵ ਕੀਤਾ, ਤਾਂ 20 KB ਦੀ ਰਹਿ ਗਈ, ਪਰ ਮੈਂ 20 KB ਤੋਂ ਵੀ ਘੱਟ ਲੈ ਕੇ ਆਉਣੀ ਹੈ, ਪੂਰੇ 20 ਦੀ ਵੀ ਨਹੀਂ ਹੋਣੀ ਚਾਹੀਦੀ, ਕਈ ਵਾਰੀ ਉਹ ਵੀ ਲੱਗਦੀ ਨਹੀਂ ਹੈਗੀ। ਦੇਖੋ ਦੋਸਤੋ ਮੈਂ ਹੁਣ 16 KB ਦੀ ਫੋਟੋ ਚੱਕ ਲਈ ਬਸ ਸਿਰਫ। ਮੰਨ ਲਓ ਕਿ ਇਹ ਮੇਰੇ ਸਿਗਨੇਚਰ ਨੇ, ਸੋਰੀ ਦੋਸਤੋ ਮੈਨੂੰ ਇਹਦਾ ਨਾਮ ਵੀ ਚੇਂਜ ਕਰਨਾ ਪਊਗਾ, ਉਹਨੂੰ ਮੈਂ ਦਿੱਤਾ ਸੀ ABC। ਦੋਸਤੋ ਇਹਨੂੰ ਮੈਂ ਕੁਛ ਵੀ ਦੇ ਦਿੰਦਾ ਵੀ ਮਤਲਬ ਇਹਦੇ 'ਚ ਕੋਈ ਡੋਟ ਨਾ ਹੋਵੇ, ਕੋਈ ਸਪੈਸ਼ਲ ਕਰੈਕਟਰ ਨਾ ਹੋਵੇ, ਸਿੰਪਲ ਜਿਹਾ ਕੁਛ ਵੀ ਨਾਮ ਦੇ ਦਿਉ। ਹੁਣ ਮੈਂ ਕੀ ਕਰਦਾ, ਇਹ ਜਿਹੜੇ ਸਿਗਨੇਚਰ ਨੇ ਉਹ ਵੀ ਮੈਂ ਇੱਥੇ ਚਿਪਕਾ ਦਿੰਦਾ। ਦੋਸਤੋ ਮੈਂ ਕੀ ਨਾਮ ਰੱਖਿਆ ਸੀ ਮੈਨੂੰ ਨਹੀਂ ਪਤਾ, ਅਸੀਂ ਇਹ ਦੇਖੋ ਦੋਸਤੋ
मैं चिपकाए आ देखो दोस्तों मेरे सैन आ गए। दोस्तों वैसे तो मेरी फोटो ही कट्टी हुई है, मैं फोटो नहीं थोड़ा जहा कट के इतने चिपकाता, पर देखो लग गई सू सिर्फ एक एग्जाम्पल दे रहा है। उदो बाद देखो दोस्तों जोड़ा हाँ कैप्चा गा वह मैं इतने भरना। दोस्तों कोई भी तुम सरकारी फॉर्म भर दो हरेक के आही गल हों, बस कुछ नहीं होंगे मन का डर ही होंगे भी कितने गलत ना भरया जाए, ए ना हो जाए जो ना हो जाए। दोस्तों यह जहाँ कुछ नहीं है, जो मतलब फिर भी तुम्हें कोई दिक्कत आँदी है तो कोई गल नहीं, तुम कमेंट कर दिया करो दोस्तों, बाकी की हैल्प मैं कर दिया करूँगा। देखो दोस्तों अपने दोनों जोड़े टिक ने वो यस करने ने कि हाँ जी फोटो सिग्नेचर है साढ़े ने, तो जो भी उपर इनफॉर्मेशन वो सही भरी हुई है। दोस्तों जो तुम इतों प्रीव्यू करके देखना तो प्रीव्यू भी कर लो, नहीं तो तुम जो डिटेल भरी इतने सबमिट कर दो। देखो दोस्तों मैं जिम्मे सबमिट पर क्लिक किया तो मेरे सामने यह जो ऑप्शन है ये मेरे अगे आ जाएगी। दोस्तों यह किमें आई है मैं तुम्हें यह भी दसदा। देखो जे मतलब तुम फॉर्म खोल लिया, दोस्तों फॉर्म खोल के तुम पहला फोटो सैट कर लग गए, फिर तुम सिग्नेचर सैट कर लग गए, तो दोस्तों जो तुम सबमिट करोगे तो उही पेज बार बार घूम घूम के तुहाडे अगे आई जाऊगा। इस करके तुम्हें की करना, देखो पहला जी फोटो सिग्नेचर वो सारी सैट कर लेनी है, उदों बाद बाकी का प्रोसैस करना है। क्योंकि दोस्तों देखो जे मतलब तुम पहला ही भी मतलब पहले ही फार्म भरन लग गए, उदो बाद फोटो सैट कर लग गए, तो दोस्तों टाइम टाइम हो जाता है यदा। आप कोई भी जो पेज खोलते हैं कोई भी वैबसाइट होंगी है, जो आप पेज खोलते हैं तो वो एक टाइम लिमिट होंगी है, जो वो टाइम लिमिट पूरी हो जाती है तो उदों बाद जो अपना यह होंगे मतलब अपना फॉर्म होंगे वो सबमिट नहीं होंगे, बार बार घूम के उही पेज पर आई जाऊगा। इस करके देखो दोस्तों हुण इन्हें मैनू आह जो मेरा रजिस्ट्रेशन नंबर है दोस्तों इन्हें मैंने दिखाता, मैं की करदा मैं दोस्तों इन प्रिंट कर लेना, वैसे मैं प्रिंट करने की जरूरत नहीं हैगी। ये देखो दोस्तों हुण मैं की करदा मैं पार्ट नंबर टू ते चला जाना। दोस्तों पार्ट नंबर टू दे विच मेरी जिहड़ी पेमेंट है वह तो है ही नहीं, क्योंकि मैं एसी दे विच भरी सी। जे मैं एसी दे विच ना भरी होंगी तो मैं इतने पे करना पैंदा, मतलब कि फीस भरनी पैंदी। इस करके दोस्तों मैं डायरैक्ट ही तीसरे नंबर पर जाऊँगा। आ देखो दोस्तों इतने मैं कह रहे कि तुम अपना रजिस्ट्रेशन नंबर भरो। दोस्तों मैं अपना रजिस्ट्रेशन मैं लिखा नहीं सी हैगा, मैं हुण देखना पेगा कि मेरा जो रजिस्ट्रेशन नंबर से कितना सी। दोस्तों मैं तुम्हें यही कह रहा कि देखो जो भी फॉर्म है वो तुम आप भरना सीखो, तुम की करते छोटे छोटे थोड़े थोड़े कामों भी तुम चले जाते हो किसी दुकान पर या फिर कितने भी। कई बार तो बहुत ज़्यादा मैंने कॉल्स यह जो कहते हैं कि सर सानू टाइम नहीं लग्या भरन का, टाइम नहीं लग्या भरन का, टाइम क्यों नहीं लगे यार, तुम आप भरो, तुम आप कोशिश करो। जे थोड़ा कोई दिक्कत आती है दोस्तों तुम मैं बस एक बार कमेंट कर दिया करो कि सर इतने की भरया जाऊगा, मैं थोड़ा आप ही हेल्प कर दिया करूंगा। देखो दोस्तों आह जो उपरला आह वाला नंबर है ये वाला, ये दोस्तों मैं इतने भरना पेगा, मैंने दोस्तों बार बार देखना पेगा क्योंकि मैं नोट नहीं किया। सी आर 581 सी आर 581 754 शायद कुछ इस तरह का सी, CBBF 13। उस तो बाद दोस्तों मैं किहड़े सर्कल का भरिया, मैं पंजाब का भरिया, इस करके मैं इतने पंजाब सिलेक्ट कर लेना तो मैं इतों सबमिट कर देना। देखो दोस्तों उस तो बाद मैं दोस्तों मैंने एक OTP आएगा, दोस्तों मैनू एक OTP आ चुकी है, मैं वो जो OTP है हुण इहदे विच भर दिना। OTP आया दोस्तों E47C, दोस्तों पुठे सीधे जे अखर जे आते हैं बस तुसीं आप ही देख लियो, चार अखरों का कोड हुंदा। देखो दोस्तों जिवें मैं भर के क्लिक किया तो मेरे सामने जो नैक्सट विंडो वह ओपन हो गई। आ उपर दोस्तों जिहड़ी मैं इनफॉर्मेशन भरी सी वह आ गई। दोस्तों कह रहा कि कैन यू राइड बाईसाइकल, दोस्तों मैं साइकिल यस कर दिना। दोस्तों जे मतलब तुम उत्थे पहले ही काम कर रहे हो तो तुहानू अपनी NOC अपडेट करनी पेगी, पर दोस्तों मैं उत्थे पहला काम नहीं कर रहा क्योंकि मैं फ्रैश ना, इस करके मैं इतने नो कर दिना। दोस्तों NOC का मतलब होंगे नो क्लेम सर्टिफिकेट। दोस्तों उन्होंने लोड़ पैंदी होंदी है, जिवें मान लो आप पहले ही किसी सरकारी विभाग के काम करते होंगे या फिर आप यही डिपार्टमेंट के काम कर रहे होंगे, तो आप अपनी तरक्की लैन के लिए आप फिर आप कच्चे तौर पर रखे आप पक्के तौर पर लगन के लिए आप जे आप भरना हो फार्म तो उत्थे आप NOC की लोड़ होंगी है।
ਤੇ ਦੋਸਤੋ ਉਦੋਂ ਬਾਅਦ ਆਪਾਂ ਨੂੰ ਕਹਿ ਰਿਹਾ ਕਿ ਤੁਸੀਂ ਆਪਣਾ ਐਡਰੈਸ ਭਰ ਦਿਓ। ਦੋਸਤੋ ਐਡਰੈਸ ਮੈਂ ਹੁਣ ਕੀ ਭਰਾਂ, ਐਡਰੈਸ ਮੈਂ ਇੱਥੇ ਭਰ ਦਿੰਦਾ AMERICA। ਦੋਸਤੋ ਮੈਂ ਅਮਰੀਕਾ ਭਰ ਦਿੰਦਾ, ਅਤੇ ਦੋਸਤੋ ਇੱਧਰ ਮੈਂ ਬਾਅਦ 'ਚ ਭਰ ਦਿਉ। ਦੋਸਤੋ ਸਟਰੀਟ ਹੈ ਮੇਰੀ, ਦੋਸਤੋ ਸਟਰੀਟ ਮੇਰੀ ਹੈਗੀ ਹੈ ਲੰਡਨ, ਅਤੇ ਦੋਸਤੋ ਵਿਲੇਜ ਮੇਰਾ ਹੈਗਾ, ਵਿਲੇਜ ਮੇਰਾ ਕੀ ਹੈ, ਵਿਲੇਜ ਮੇਰਾ ਇੰਡੀਆ ਦੋਸਤੋ। ਉਦੋਂ ਬਾਅਦ ਦੋਸਤੋ ਮੇਰਾ ਜਿਹੜਾ ਇਹ ਪੰਚਾਇਤ, ਦੋਸਤੋ ਇਹਦਾ ਤਾਂ ਤੁਹਾਨੂੰ ਪਤਾ ਹੀ ਹੈ, ਡੋਰ ਹਾਊਸ ਅਪੁਆਇੰਟਮੈਂਟ। ਦੋਸਤੋ ਜੇ ਮਤਲਬ ਤੁਹਾਨੂੰ ਆਪਣਾ ਡੋਰ ਹਾਊਸ ਅਪੁਆਇੰਟਮੈਂਟ ਨੰਬਰ ਨਹੀਂ ਪਤਾ ਤਾਂ ਤੁਸੀਂ ਇੱਥੇ ਕੀ ਕਰਨਾ, ਆਪਣੇ ਪਿੰਡ ਦਾ ਨਾਮ ਜਾਂ ਫਿਰ ਸ਼ਹਿਰ ਦਾ ਨਾਮ ਉਹੀ ਲਿਖ ਦੇਣਾ, ਅਤੇ ਸਟਰੀਟ ਜੇ ਦੋਸਤੋ ਸਟਰੀਟ ਵੀ ਨਹੀਂ ਹੈਗੀ, ਗਲੀ ਵੀ ਨਹੀਂ ਹੈਗੀ, ਮਤਲਬ ਕਈਆਂ ਦਾ ਗਲੀ ਦਾ ਨਾਮ ਹੁੰਦਾ ਜਾਂ ਨੰਬਰ ਹੁੰਦਾ, ਤਾਂ ਇੱਥੇ ਕੁਛ ਵੀ ਲਿਖ ਦਿਉ। ਜੇ ਨਹੀਂ ਹੈਗਾ ਸਟਰੀਟ ਤਾਂ ਦੋਸਤੋ ਇੱਥੇ ਬਸ ਆਪਣੇ ਪਿੰਡ ਦਾ ਨਾਮ ਹੀ ਲਿਖ ਦਿਉ। ਉਦੋਂ ਬਾਅਦ ਦੋਸਤੋ ਪਿੰਡ ਜਾਂ ਫਿਰ ਸਿਟੀ, ਦੋਸਤੋ ਉਹ ਤਾਂ ਤੁਸੀਂ ਲਿਖਣੀ ਲਿਖਣੀ ਹੈ ਇੱਥੇ। ਉਦੋਂ ਬਾਅਦ ਤੁਹਾਨੂੰ ਕਹਿ ਰਿਹਾ ਪੰਚਾਇਤ, ਮੰਡਲ ਜਾਂ ਫਿਰ ਡਿਸਟ੍ਰਿਕਟ। ਦੋਸਤੋ ਜੇ ਪਤਾ ਹੈ ਤਾਂ ਲਿਖ ਦਿਉ, ਜੇ ਨਹੀਂ ਪਤਾ ਤਾਂ ਤੁਸੀਂ ਆਪਣੇ ਪਿੰਡ ਦਾ ਨਾਮ ਹੀ ਲਿਖ ਦਿਉ ਕੀ ਹੈ। ਫੋਨ ਨੰਬਰ ਦੋਸਤੋ, ਜੇ ਫੋਨ ਨੰਬਰ ਸੋਰੀ ਪਿੰਨ ਕੋਡ, ਦੋਸਤੋ ਪਿੰਨ ਕੋਡ ਜੋ ਵੀ ਹੈਗਾ ਤੁਹਾਡਾ ਉਹ ਇੱਥੇ ਲਿਖ ਦਿਉ। ਮੰਨ ਲਓ ਮੈਂ ਵੈਸੇ ਹੀ ਕਰ ਦਿੰਦਾ 1480। ਦੋਸਤੋ ਉਦੋਂ ਬਾਅਦ ਕੀ ਕਹਿੰਦਾ, ਦੇਖੋ ਆਪਾਂ ਨੇ ਆਹ ਸਟੈਪ ਭਰ ਲਿਆ, ਆਪਾਂ ਨੂੰ ਇੱਧਰ ਸਟੈਪ ਭਰਨ ਦੀ ਲੋੜ ਨਹੀਂ ਹੈਗੀ। ਆਪਾਂ ਦੇਖੋ ਉੱਪਰਲੇ ਪਾਸੇ ਕਲਿੱਕ ਕਰਾਂਗੇ ਤਾਂ ਹੀ ਆਪਣੇ ਆਪ ਹੀ ਭਰਿਆ ਜਾਏਗਾ। ਦੋਸਤੋ ਹਰੇਕ ਜੋ ਵੀ ਆਪਾਂ ਸਰਕਾਰੀ ਫੋਰਮ ਭਰਦੇ ਹਾਂ, ਹਰੇਕ ਦੇ ਵਿੱਚ ਇਹੀ ਹੁੰਦਾ। ਉਦੋਂ ਬਾਅਦ ਦੇਖੋ ਦੋਸਤੋ ਆਪਣੀ ਜਿਹੜੀ 10ਵੀਂ ਦੀ ਜੋ ਡਿਟੇਲ ਆ ਉਹ ਪੁੱਛ ਰਿਹਾ, ਇੱਥੇ ਪੰਜਾਬ ਆ ਗਿਆ ਕਿਉਂਕਿ ਆਪਾਂ ਪੰਜਾਬ 'ਚ ਭਰਿਆ ਸੀ। ਉਦੋਂ ਬਾਅਦ ਦੋਸਤੋ ਆਪਣਾ ਉਹੀ ਜਿਹੜਾ ਆਪਾਂ ਪਹਿਲਾਂ ਭਰਿਆ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਉਹੀ। ਉਦੋਂ ਬਾਅਦ ਪੁੱਛ ਰਿਹਾ ਰਿਜ਼ਲਟ ਟਾਈਪ, ਮਾਰਕਸ ਸੀ, ਹਾਂ ਸਾਡੇ ਮਾਰਕਸ ਸੀਗੇ। ਉਦੋਂ ਬਾਅਦ ਵੈਦਰ ਸਰਟੀਫਿਕੇਟ ਨੰਬਰ, ਦੋਸਤੋ ਤੁਹਾਡੇ ਸਰਟੀਫਿਕੇਟ ਦਾ ਨੰਬਰ, ਤੁਹਾਡੇ ਸਰਟੀਫਿਕੇਟ ਦਾ ਜੋ ਵੀ ਨੰਬਰ ਹੈਗਾ ਤੁਸੀਂ ਉਹ ਇੱਥੇ ਲਿਖ ਦਿਓ। ਮੈਂ ਵੈਸੇ ਲਿਖ ਦਿੰਦਾ 2019-2020। ਦੋਸਤੋ ਮੈਂ ਵੈਸੇ, ਦੋਸਤੋ ਇਹ ਤਾਂ ਸਿਰਫ ਮੈਂ ਵੈਸੇ ਲਿਖਿਆ ਗਾ, ਪਰ ਤੁਸੀਂ ਜਿਹੜਾ ਆਪਣਾ ਸਰਟੀਫਿਕੇਟ ਦੇਖੋਗੇ ਉਹਦੇ ਉੱਤੇ ਉਹ ਮਤਲਬ ਸਰਟੀਫਿਕੇਟ ਹੁੰਦਾ। ਉਦੋਂ ਬਾਅਦ ਦੇਖੋ ਦੋਸਤੋ, ਉਦੋਂ ਬਾਅਦ ਦੋਸਤੋ ਦੇਖੋ ਇਹ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਜਿਹੜਾ ਮਤਲਬ ਪਾਸ ਕੀਤਾ ਗਾ ਉਹ ਕੰਪਾਰਟਮੈਂਟ ਜਾਂ ਫਿਰ ਸਪਲੀ ਦੇ ਨਾਲ ਤਾਂ ਨਹੀਂ ਪਾਸ ਕੀਤਾ, ਜੇ ਕੀਤਾ ਤਾਂ ਇੱਥੇ ਯੈਸ ਕਰ ਦਿਉ, ਅਦਰਵਾਈਜ਼ ਤੁਸੀਂ ਨੋ ਕਰ ਦਿਓ। ਜੇ ਤੁਸੀਂ ਵੀ ਮਤਲਬ ਪਹਿਲੀ ਵਾਰ 'ਚ ਆਪਣੀ 10ਵੀਂ ਪਾਸ ਕਰ ਲਈ ਹੈ ਤਾਂ ਤੁਸੀਂ ਇੱਥੇ ਨੋ ਕਰ ਦਿਓ। ਜੇ ਤੁਹਾਡੀ ਕੋਈ ਕੰਪਾਰਟਮੈਂਟ ਸੀ ਜਾਂ ਫਿਰ ਤੁਸੀਂ ਫੇਲ ਹੋ ਗਏ ਸੀ, ਸੋਰੀ ਦੋਸਤੋ ਫੇਲ ਨਹੀਂ, ਜੇ ਤੁਸੀਂ ਕੰਪਾਰਟਮੈਂਟ ਸੀ ਜਾਂ ਫਿਰ ਤੁਹਾਡੀ ਸਪਲੀ ਸੀ ਤਾਂ ਤੁਸੀਂ ਇੱਥੇ ਯੈਸ ਕਰ ਦੇਣਾ। ਹੁਣ ਦੋਸਤੋ ਦੇਖੋ ਇੱਥੇ ਆਪਾਂ ਨੂੰ ਪੁੱਛ ਰਿਹਾ ਆਪਣੇ ਤੋਂ ਨੰਬਰ ਪੁੱਛ ਰਿਹਾ ਗਾ। ਦੋਸਤੋ ਪੰਜਾਬੀ ਦੇ ਵਿੱਚ ਆਪਣੇ ਕਿੰਨੇ ਨੰਬਰ ਸੀ, ਮੰਨ ਲਓ ਪੰਜਾਬੀ ਦੇ ਵਿੱਚ ਦੋਸਤੋ ਮੈਂ ਤਾਂ ਵੈਸੇ ਹੀ ਲਿਖ ਦਿੰਦਾ 140, ਵੈਸੇ ਹੀ ਲਿਖ ਦਿੰਦਾ ਦੋਸਤੋ ਦੇਖੋ। ਉਦੋਂ ਬਾਅਦ ਇੰਗਲਿਸ਼ ਦੇ ਵਿੱਚੋਂ ਕਿੰਨੇ ਨੰਬਰ ਸੀ, ਇੰਗਲਿਸ਼ ਦੇ ਵਿੱਚੋਂ ਮੇਰੇ 90 ਨੰਬਰ ਸੀ, ਮੈਥੇਮੈਟਿਕਸ ਦੇ ਵਿੱਚੋਂ ਮੇਰੇ 95 ਨੰਬਰ ਸੀ, ਸਾਇੰਸ ਦੇ ਵਿੱਚੋਂ ਮੇਰੇ 96 ਨੰਬਰ ਸੀ, ਅਤੇ ਉਦੋਂ ਬਾਅਦ ਜਿਹੜੇ ਸੋਸ਼ਲ ਸਾਇੰਸ ਸੀ, ਸੋਸ਼ਲ ਸਾਇੰਸ 'ਚੋਂ ਮੇਰੇ 98 ਨੰਬਰ ਸੀ। ਦੋਸਤੋ ਮੈਂ ਵੈਸੇ ਹੀ ਲਿਖ ਰਿਹਾ, ਇਹ ਤੁਹਾਡੇ ਜਿੰਨੇ ਜਿੰਨੇ ਨੰਬਰ ਹੈਗੇ ਸੀ ਤੁਸੀਂ ਉਹ ਇੱਥੇ ਲਿਖ ਦੇਣੇ ਨੇ। ਉਦੋਂ ਬਾਅਦ ਦੇਖੋ ਦੋਸਤੋ ਜਿਹੜੀ ਗ੍ਰੇਡ ਹੈ, ਦੋਸਤੋ ਗ੍ਰੇਡ ਤੁਸੀਂ ਦੇਖ ਕੇ ਇੱਥੇ ਲਿਖ ਦੇਣੀ ਹੈ ਜੋ ਵੀ ਤੁਹਾਡੀ ਗ੍ਰੇਡ ਹੈ ਬਣਦੀ ਹੈ। ਮੇਰੇ ਹਿਸਾਬ ਨਾਲ ਤਾਂ ਮੈਂ ਚਲੋ A+ ਲਿਖ ਦਿੰਦਾ। ਦੋਸਤੋ ਇਹ ਗ੍ਰੇਡ ਤੁਸੀਂ ਆਪਣਾ ਜਿਹੜਾ ਸਰਟੀਫਿਕੇਟ ਹੁੰਦਾ ਜਦੋਂ ਤੁਸੀਂ ਉਹਦੀ ਬੈਕ ਸਾਈਡ ਦੇਖੋਗੇ ਨਾ, ਉਹਦੇ ਪਿੱਛੇ ਸਾਰੀਆਂ ਗ੍ਰੇਡਾਂ ਲਿਖੀਆਂ ਹੁੰਦੀਆਂ ਨੇ ਕਿ ਕਿੰਨੇ ਤੋਂ ਕਿੰਨੇ ਪਰਸੈਂਟ ਦੇ ਵਿੱਚ ਕਿੰਨੇ ਬਣਦੇ ਨੇ, ਕਿੰਨੇ ਤੋਂ ਕਿੰਨੇ ਪਰਸੈਂਟ ਦੇ ਵਿੱਚ ਕਿੰਨੇ ਬਣਦੇ ਨੇ। ਅਤੇ ਦੇਖੋ ਦੋਸਤੋ ਇਹਦਾ ਵੀ ਮਤਲਬ ਜਿਹੜਾ ਕੰਪਿਊਟਰ ਹੈ, ਜਿਹੜੀ ਕੰਪਿਊਟਰ ਸਾਇੰਸ ਹੈ, ਦੋਸਤੋ ਕੰਪਿਊਟਰ ਸਾਇੰਸ ਮੈਂ ਤੁਹਾਨੂੰ ਦੱਸਿਆ ਸੀ ਕਿ ਜ਼ਰੂਰੀ ਹੈ, ਜਿਹੜੀ ਕੰਪਿਊਟਰ ਸਾਇੰਸ ਹੈ ਇਹਦੇ ਵਿੱਚ A+ ਹੈ, ਜਿਹੜੀ ਹੈਲਥ ਐਂਡ ਸਾਇੰਸ ਐਜੂਕੇਸ਼ਨ ਹੈ ਦੋਸਤੋ ਇਹਨੂੰ ਵੀ ਮੈਂ A+ ਹੀ ਕਰ ਦੇਣਾ। ਦੋਸਤੋ ਜਿੰਨੇ ਜਿੰਨੇ ਤੁਹਾਡੇ ਨੰਬਰ ਹੋਣਗੇ ਬਸ ਤੁਸੀਂ ਉਹ ਇੱਥੇ ਲਿਖ ਦੇਣਾ। ਉਦੋਂ ਬਾਅਦ ਤੁਸੀਂ ਕੀ ਕਰਨਾ, ਆਹ ਦੇਖੋ ਦੋਸਤੋ ਇੱਥੇ ਲਿਖਿਆ ਹੋਇਆ ਕਿ ਆਈ ਹੈਵ ਕਲਿੱਕਡ ਪ੍ਰੀਵਿਊ ਬਟਨ। ਦੋਸਤੋ ਇਹਦੀ ਤੁਹਾਨੂੰ ਪ੍ਰੀਵਿਊ ਕਰਨ ਦੀ ਲੋੜ ਨਹੀਂ ਹੈਗੀ, ਦੇਖੋ ਮੈਂ ਸਿੱਧਾ ਹੀ ਇੱਥੇ ਕਲਿੱਕ ਕਰਕੇ ਇੱਥੇ ਸੇਵ ਐਂਡ ਕੰਟੀਨਿਊ 'ਤੇ ਕਲਿੱਕ ਕਰ ਦੇਣਾ। ਜਿਵੇਂ ਦੇਖੋ ਦੋਸਤੋ ਮੈਂ ਕਲਿੱਕ ਕੀਤਾ, ਦੋਸਤੋ ਮੇਰਾ ਇਹ ਕਹਿੰਦਾ ਕਿ ਕੁਛ ਰਹਿ ਗਿਆ। ਦੋਸਤੋ ਆਹ ਜਿਹੜੇ ਮੇਰੇ ਦੋ ਸਬਜੈਕਟ ਨੇ ਮੈਨੂੰ ਇੱਥੇ ਸਿਲੈਕਟ ਕਰਨਾ ਪਏਗਾ, ਹਿੰਦੀ ਜਾਂ ਫਿਰ ਉਰਦੂ। ਦੋਸਤੋ ਆਪਾਂ ਹਿੰਦੀ ਲੈਂਦੇ ਹੁੰਦੇ ਹਾਂ, ਇਸ ਕਰਕੇ ਆਪਾਂ ਇੱਥੇ ਹਿੰਦੀ ਕਰਕੇ ਆਪਾਂ ਇੱਥੇ ਹਿੰਦੀ 'ਚ ਕੁਛ ਵੀ ਭਰ ਦਿੰਦੇ, 98 ਨੰਬਰ ਭਰ ਦਿੰਦੇ ਹਾਂ। ਅਤੇ ਜਿਹੜਾ ਉਦੋਂ ਬਾਅਦ ਜਿਹੜਾ ਬਾਕੀ ਸਬਜੈਕਟ ਆ ਉਹ ਇਲੈਕਟਿਵ ਸਬਜੈਕਟ ਹੈ, ਜੇ ਹੈਗਾ ਤਾਂ ਠੀਕ ਹੈ, ਜੇ ਨਹੀਂ ਹੈਗਾ ਤਾਂ ਵੀ ਠੀਕ ਹੈ। ਦੋਸਤੋ ਦੋਸਤੋ ਇਹ ਆਪਾਂ ਨੂੰ ਕਹਿ ਰਹੇ ਕਿ ਤੁਹਾਨੂੰ ਇੱਥੇ ਭਰਨਾ ਹੀ ਪਏਗਾ। ਆਪਾਂ ਕੀ ਕਰਦੇ ਹਾਂ, ਹੈਲਥ ਐਂਡ ਫਿਜੀਕਲ। ਦੋਸਤੋ ਵੈਸੇ ਹੋ ਸਕਦਾ ਆਪਣੇ ਉਹਦੇ ਵਿੱਚ ਹੋਵੇ, ਸੋਰੀ ਅਸੀਂ ਦੋਸਤੋ ਸੰਸਕ੍ਰਿਤ ਉਰਦੂ
ਇਹ ਇਲੈਕਟਿਵ ਸਬਜੈਕਟ ਹੈ ਦੋਸਤੋ, ਆਪਾਂ ਕੀ ਕਰਦੇ ਹਾਂ ਆਪਾਂ ਇੱਥੇ ਐਨੀ ਅਦਰ ਕਰ ਦਿੰਦੇ ਹਾਂ ਦੋਸਤੋ, ਐਨੀ ਅਦਰ ਕਰਕੇ ਆਪਾਂ ਨੇ ਇੱਥੇ ਗ੍ਰੇਡ ਦੱਸਣੀ ਹੁੰਦੀ ਹੈ ਦੋਸਤੋ। ਇਹ ਨਾ ਹੋਵੇ ਕਿ ਹਾਂ ਤੁਸੀਂ ਜੇ ਮਤਲਬ ਆਹ ਸਿਲੈਕਟ ਕੀਤਾ, ਦੇਖੋ ਦੋਸਤੋ ਇੱਥੇ ਤੁਹਾਨੂੰ ਉਲਝਾਉਂਦੇ ਨੇ ਬਹੁਤ, ਜੇ ਤੁਸੀਂ ਆਹ ਇਹਨਾਂ 'ਚੋਂ ਸਿਲੈਕਟ ਕਰ ਲਿਆ, ਤੁਸੀਂ ਇਹਦੇ 'ਚ ਕੁਛ ਵੀ ਸਿਲੈਕਟ ਕਰ ਲਓ, ਕੁਛ ਵੀ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ, ਇੱਥੇ ਏ ਵਨ ਮਤਲਬ ਕਿ ਏ ਪਲੱਸ ਹੀ ਰੱਖਣਾ ਗਾ। ਜੇ ਮਤਲਬ ਤੁਸੀਂ ਆਹ ਸਬਜੈਕਟ ਨਹੀਂ ਸੀ ਲਿਆ ਤਾਂ ਇਹਦਾ ਮਤਲਬ ਇਹ ਨਾ ਹੋਵੇ ਕਿ ਤੁਸੀਂ ਕਿਤੇ ਸੋਚੀ ਜਾਵੋ ਕਿ ਅਸੀਂ ਤਾਂ ਸਬਜੈਕਟ ਨਹੀਂ ਸੀ ਲਿਆ, ਅਸੀਂ ਤਾਂ ਸਬਜੈਕਟ ਨਹੀਂ ਸੀ ਲਿਆ, ਹੁਣ ਕੀ ਕਰੀਏ। ਜੇ ਨਹੀਂ ਲਿਆ ਸੀ ਤਾਂ ਤੁਸੀਂ ਇੱਥੇ ਕੋਈ ਵੀ ਸਿਲੈਕਟ ਕਰ ਲਓ, ਕੋਈ ਵੀ ਸਬਜੈਕਟ ਸਿਲੈਕਟ ਕਰਕੇ ਇੱਧਰੋਂ ਤੁਸੀਂ ਆਹ ਏ ਪਲੱਸ ਕਰ ਦਿਓ। ਠੀਕ ਹੈ ਦੋਸਤੋ, ਇਹ ਜ਼ਰੂਰੀ ਹੈ, ਇਹ ਆਪਾਂ ਕਰਨਾ ਹੀ ਕਰਨਾ। ਅਤੇ ਦੋਸਤੋ ਦੇਖੋ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ, ਕਈ ਵਾਰੀ ਕਿਸੇ ਨੇ ਮੰਨ ਲਓ ਓਪਨ ਦੇ ਵਿੱਚ ਕੀਤੀ ਹੋਵੇ, ਕਿਸੇ ਨੇ ਇੰਗਲਿਸ਼ ਲਈ ਹੋਵੇ, ਮੈਥ ਲਈ ਹੋਵੇ, ਪੰਜਾਬੀ ਲਈ ਹੋਵੇ, ਅਤੇ ਉਹਨੇ ਹਿੰਦੀ ਨਾ ਲਈ ਹੋਵੇ, ਮੰਨ ਲਓ ਕਿ ਤੁਸੀਂ ਹਿੰਦੀ ਜਾਂ ਫਿਰ ਉਰਦੂ ਇਹਨਾਂ 'ਚੋਂ ਨਹੀਂ ਲਈ, ਤਾਂ ਤੁਸੀਂ ਕੀ ਕਰਨਾ, ਇੱਥੋਂ ਹਿੰਦੀ ਸਿਲੈਕਟ ਕਰ ਲੈਣੀ ਹੈ। ਹਿੰਦੀ ਸਿਲੈਕਟ ਕਰਨ ਤੋਂ ਬਾਅਦ ਇਹ ਨਾ ਹੋਵੇ ਕਿਤੇ ਤੁਸੀਂ ਇੱਥੇ ਜ਼ੀਰੋ ਭਰ ਦਿਓ, ਜ਼ੀਰੋ ਨਹੀਂ ਭਰਨੀ, ਤੁਸੀਂ ਇੱਥੇ 98 ਭਰ ਦਿਓ, 100 ਭਰ ਦਿਓ, ਜਾਂ ਫਿਰ 99 ਭਰ ਦਿਓ, ਇੰਨੇ ਮਤਲਬ ਕਿ ਬਰਾਬਰ ਦੇ ਹੀ ਇਹਦੇ ਅੰਕ ਭਰ ਦੇਣੇ ਨੇ, ਚਾਹੇ ਤੁਸੀਂ ਇਹਨਾਂ ਦੇ ਚਾਹੇ ਤੁਸੀਂ ਉੱਪਰੋਂ ਜਿੰਨੇ ਵੀ ਮਾਰਕਸ ਲਏ ਹੋਣ, ਪਰ ਜਿਹੜੇ ਜੇ ਤੁਸੀਂ ਆਹ ਹਿੰਦੀ ਨਹੀਂ ਸੀ ਲਈ ਜਾਂ ਫਿਰ ਉਰਦੂ ਇਹਨਾਂ 'ਚੋਂ ਦੋਨਾਂ ਸਬਜੈਕਟਾਂ 'ਚ ਕੁਛ ਵੀ ਨਹੀਂ ਲਿਆ ਸੀ, ਤਾਂ ਤੁਸੀਂ ਕੀ ਕਰਨਾ, ਦੋਨਾਂ 'ਚ ਕੁਛ ਵੀ ਸਿਲੈਕਟ ਕਰਕੇ ਇੱਧਰਲੇ ਪਾਸੇ ਨੰਬਰ ਵੈਸੇ ਹੀ ਭਰ ਦੇਣੇ ਨੇ, 98 ਭਰ ਦਿਓ, 99 ਭਰ ਦਿਓ। ਇਹ ਨਾ ਹੋਵੇ ਕਿਤੇ ਤੁਸੀਂ 50 ਭਰ ਦਿਓ ਜਾਂ ਫਿਰ 00 ਭਰ ਦਿਓ, ਐਂ ਨਹੀਂ ਭਰਨੇ ਹੈਗੇ, ਇੱਥੇ ਤੁਸੀਂ ਨੰਬਰ 98 ਭਰਨੇ ਨੇ, ਕਿਉਂਕਿ ਜੇ ਮਤਲਬ ਤੁਸੀਂ ਇੱਥੇ 00 ਭਰਤੀ ਤਾਂ ਤੁਹਾਡੀ ਪਰਸੈਂਟੇਜ ਘੱਟ ਜਾਏਗੀ, ਤੁਸੀਂ ਇੱਥੇ ਪੂਰੇ ਪੂਰੇ ਨੰਬਰ ਭਰਨੇ ਨੇ। ਅਤੇ ਦੋਸਤੋ ਇਹ ਕਰਕੇ ਤੁਸੀਂ ਇੱਥੇ ਕੰਟੀਨਿਊ 'ਤੇ ਕਲਿੱਕ ਕਰ ਦੇਣਾ। ਦੋਸਤੋ ਹਜੇ ਵੀ ਇਹ ਕਹਿ ਰਿਹਾ ਕਿ ਕੁਛ ਰਹਿ ਗਿਆ, ਆਪਾਂ ਦੇਖ ਲੈਂਦੇ ਹਾਂ ਕੀ ਰਹਿ ਗਿਆ। ਜੇ ਆਪਾਂ ਨੂੰ ਨਹੀਂ ਪਤਾ ਲੱਗਦਾ ਕੀ ਰਹਿ ਗਿਆ ਤਾਂ ਆਪਾਂ ਕੀ ਕਰਾਂਗੇ, ਆਪਾਂ ਪ੍ਰੀਵਿਊ 'ਤੇ ਕਲਿੱਕ ਕਰ ਲਾਂਗੇ। ਉਹ ਸੋਰੀ ਦੋਸਤੋ, ਆਹ ਸੀ ਆਪਣਾ ਪ੍ਰੈਜੈਂਟ ਓਕਿਊਪੇਸ਼ਨ। ਦੋਸਤੋ ਪ੍ਰੈਜੈਂਟ ਓਕਿਊਪੇਸ਼ਨ ਦਾ ਮਤਲਬ ਹੁੰਦਾ ਕਿ ਆਪਾਂ ਇਸ ਟਾਈਮ ਕੀ ਕੰਮ ਕਰ ਰਹੇ ਹਾਂ। ਜੇ ਆਪਾਂ ਇਸ ਟਾਈਮ ਕੋਈ ਕੰਮ ਕਰ ਰਹੇ ਹਾਂ ਤਾਂ ਉਹ ਇੱਥੇ ਕੰਮ ਲਿਖ ਦਿਓ, ਅਦਰਵਾਈਜ਼ ਕੀ ਕਰਨਾ, ਕੁਛ ਜ਼ਿਆਦਾ ਨਹੀਂ, ਬਸ ਇੱਥੇ ਐਨ ਏ, ਬਸ ਆਹੀ ਚੀਜ਼ ਲਿਖਣੀ ਹੈ। ਠੀਕ ਹੈ ਦੋਸਤੋ, ਬਸ ਆਹੀ ਚੀਜ਼ ਆਪਾਂ ਨੇ ਲਿਖਣੀ ਹੈ, ਐਨ ਏ। ਉਦੋਂ ਬਾਅਦ ਆਪਾਂ ਨੇ ਕੀ ਕਰਨਾ, ਬਸ ਆ ਨੀਚੇ ਆ ਕੇ ਆਪਾਂ ਸੇਵ ਐਂਡ ਕੰਟੀਨਿਊ 'ਤੇ ਕਲਿੱਕ ਕਰ ਦੇਣਾ। ਦੇਖੋ ਦੋਸਤੋ ਇਹ ਆਪਾਂ ਨੂੰ ਕਹਿ ਰਿਹਾ ਕਿ ਹਜੇ ਵੀ ਤੁਸੀਂ ਚੈੱਕ ਕਰ ਲਓ, ਉਦੋਂ ਬਾਅਦ ਵੀ ਮੈਂ ਤੁਹਾਨੂੰ ਕੋਈ ਆਪਸ਼ਨ ਨਹੀਂ ਦਊਂਗਾ। ਆਪਾਂ ਕੀ ਕੀਤਾ, ਆਪਾਂ ਡਾਟਾ ਸਕਸੈਸਫੁਲੀ ਸਬਮਿਟ ਕਰਵਾ ਤਾ। ਉਦੋਂ ਬਾਅਦ ਦੇਖੋ ਦੋਸਤੋ ਆਪਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਆਪਣਾ 10ਵੀਂ ਦਾ ਸਰਟੀਫਿਕੇਟ, SC ਦਾ ਸਰਟੀਫਿਕੇਟ ਜਾਂ ਫਿਰ ਹੋਰ ਵੀ ਜਿਹੜੇ ਸਰਟੀਫਿਕੇਟ ਨੇ ਉਹਨਾਂ ਨੂੰ ਇੱਥੇ ਅਪਲੋਡ ਕਰੋ। ਦੋਸਤੋ ਇਹ ਵੀ ਮੈਂ ਤੁਹਾਨੂੰ ਦੱਸਦਾ, ਕਈ ਵਾਰੀ ਕੀ ਹੁੰਦਾ ਤੁਹਾਡੇ ਕੋਲ ਪੂਰੇ ਸਰਟੀਫਿਕੇਟ ਨਹੀਂ ਹੁੰਦੇ ਤਾਂ ਉਹ ਆਪਾਂ ਨੂੰ ਇੱਥੇ ਅਪਲੋਡ ਕਰਨੇ ਪੈਂਦੇ ਨੇ। ਠੀਕ ਹੈ ਦੋਸਤੋ, ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਤੁਸੀਂ ਇੱਥੇ ਜਿਹੜੇ ਸਰਟੀਫਿਕੇਟ ਨੂੰ ਕਿਵੇਂ ਅਪਲੋਡ ਕਰਨੇ ਨੇ। ਦੋਸਤੋ ਮੇਰੇ ਕੋਲ ਇਸ ਟਾਈਮ ਕੋਈ ਸਰਟੀਫਿਕੇਟ ਹੈ ਨਹੀਂ, ਇਸ ਕਰਕੇ ਮੈਂ ਕੀ ਕਰਦਾ, ਮੈਂ ਇੱਧਰੋਂ ਪਹਿਲਾਂ ਕੋਈ ਵੀ ਸਰਟੀਫਿਕੇਟ ਬਣਾ ਲੈਣਾ। ਸਰਟੀਫਿਕੇਟ ਦਾ ਪਹਿਲਾਂ ਫੋਰਮੈਟ ਦੇਖ ਲੈਣਾ, ਇੱਥੇ ਲਿਖਿਆ ਹੋਇਆ ਇਹਨਾਂ ਨੇ ਕਿ ਸਰਟੀਫਿਕੇਟ ਜਿਹੜਾ ਤੁਹਾਡਾ ਉਹ 200 KB ਤੋਂ ਵੱਧ ਨਹੀਂ ਹੋਣਾ ਚਾਹੀਦਾ। ਦੋਸਤੋ ਮੈਂ ਹੁਣ ਕੀ ਕਰਦਾ, ਮੇਰੇ ਕੋਲ ਦੋਸਤੋ ਕੋਈ ਸਰਟੀਫਿਕੇਟ ਨਾ, ਜਿਹੜਾ ਸਰਟੀਫਿਕੇਟ ਉਹਨਾਂ ਨੂੰ ਸਕੈਨ ਕਰ ਲਿਆ, ਸਕੈਨ ਕਰਕੇ ਮੈਂ ਉਹਨਾਂ ਨੂੰ ਕੀ ਕੀਤਾ, ਮੈਂ ਉਹਨਾਂ ਦਾ ਸਾਈਜ਼ ਵੀ ਸੈੱਟ ਕਰ ਲਿਆ। ਦੋਸਤੋ ਸਾਈਜ਼ ਮੈਂ ਸੈੱਟ ਕਰਨਾ ਤੁਹਾਨੂੰ ਦੱਸ ਹੀ ਦਿੱਤਾ ਸੀ। ਹੁਣ ਮੈਂ ਕੀ ਕਰਦਾ, ਮੈਂ ਇੱਥੇ ਜਿਹੜਾ ਦੋਸਤੋ ਮੇਰਾ 10ਵੀਂ ਦਾ ਸਰਟੀਫਿਕੇਟ ਵੀ ਲੱਗ ਗਿਆ ਅਤੇ ਮੇਰਾ ਕਾਸਟ ਸਰਟੀਫਿਕੇਟ ਵੀ ਲੱਗ ਗਿਆ। ਉਹਦੇ ਬਾਅਦ ਕੀ ਕਰਨਾ ਦੋਸਤੋ, ਦੇਖੋ ਮੈਂ ਇਹ ਜਿਹੜੇ ਮਤਲਬ 4-5 ਆਪਸ਼ਨਾਂ ਨੇ ਦੋਸਤੋ, ਇਹਨਾਂ ਨੂੰ ਸਿਲੈਕਟ ਕਰਕੇ ਓਕੇ ਕਰ ਲੈਣਾ। ਦੋਸਤੋ ਤੁਸੀਂ ਦੇਖਣਾ ਹੈ, ਦੋਸਤੋ ਇਹਦੇ ਵਿੱਚ ਤਾਂ ਆਪਾਂ ਨੂੰ ਕਹਿ ਰਿਹਾ ਵੀ ਤੁਸੀਂ ਸਾਰਾ ਓਕੇ ਸਿਲੈਕਟ ਕਰਨਾ ਹੀ ਹੈ। ਇਹ ਨਾ ਹੋਵੇ ਕਿ ਕਿਸੇ ਸਰਕਾਰੀ ਫੋਰਮ ਦੇ ਵਿੱਚ ਇੱਥੇ ਕੁਛ ਹੋਰ ਲਿਖਿਆ ਹੋਵੇ, ਤੁਸੀਂ ਉਹਨੂੰ ਸਿਲੈਕਟ ਕਰ ਦਿਓ, ਤੁਹਾਡਾ ਫੋਰਮ ਰਿਜੈਕਟ ਹੋ ਜਾਏਗਾ ਜੇ ਤੁਸੀਂ ਮਤਲਬ ਧਿਆਨ ਨਾਲ ਪੜ੍ਹ ਕੇ ਨਹੀਂ ਕਰੋਗੇ। ਦੇਖੋ ਦੋਸਤੋ ਮੈਂ ਸਿਲੈਕਟ ਕੀਤਾ ਅਤੇ ਮੇਰੇ ਜਿਹੜੇ ਡਾਕੂਮੈਂਟ ਨੇ ਉਹ ਸਕਸੈਸਫੁਲੀ ਲੱਗ ਗਏ। ਦੇਖੋ ਦੋਸਤੋ ਉਹ ਸਕਸੈਸਫੁਲੀ ਲੱਗ ਗਏ ਤਾਂ ਇਹਦੇ ਬਾਅਦ ਕੀ ਹੈ, ਮੇਰੀ ਜੋ ਨੈਕਸਟ ਵਿੰਡੋ ਉਹ ਓਪਨ ਹੋ ਗਈ। ਦੋਸਤੋ ਇਹ ਮੈਂ ਕਿਵੇਂ ਭਰਿਆ, ਇਹ ਮੈਂ ਇਸ ਤਰ੍ਹਾਂ ਭਰਿਆ। ਦੇਖੋ ਜਿਹੜਾ ਮੇਰਾ ਪਹਿਲਾ ਪ੍ਰੋਸੈਸ ਆ ਉਹ ਇੱਧਰ ਨਹੀਂ ਹੋ ਰਿਹਾ ਸੀ, ਮੈਂ ਕੀ ਕੀਤਾ, ਮੈਂ ਮੋਜ਼ੀਲਾ ਬਰਾਊਜ਼ਰ ਖੋਲ ਲਿਆ, ਮੋਜ਼ੀਲਾ 'ਚ ਭਰ ਲਿਆ। ਉਦੋਂ ਬਾਅਦ ਫਿਰ ਮੈਂ ਕੀ ਕੀਤਾ, ਜਿਹੜਾ ਬਾਕੀ ਦਾ ਪ੍ਰੋਸੈਸ ਸੀ ਉਹ ਮੈਂ ਕ੍ਰੋਮ ਦੇ ਵਿੱਚ ਭਰ ਲਿਆ। ਦੋਸਤੋ ਮਤਲਬ ਕਿ ਟੁਕੜਿਆਂ ਦੇ ਵਿੱਚ ਭਰ ਲਿਆ। ਠੀਕ ਹੈ, ਆਹ ਦੇਖੋ ਜਿਹੜਾ ਮਤਲਬ ਮੇਰਾ ਫੋਰਮ ਸੀਗਾ ਉਹ ਇੱਥੇ ਤੱਕ ਹੀ ਖੁੱਲਿਆ ਹੋਇਆ ਸੀ, ਇਹ ਸਬਮਿਟ ਨਹੀਂ ਹੋ ਰਿਹਾ। ਮੈਂ ਇੱਥੇ ਜਦੋਂ ਸਬਮਿਟ ਕਰਦਾ ਸੀ ਤਾਂ ਵਾਰ ਵਾਰ ਉਹੀ ਵਿੰਡੋ ਆਈ ਜਾਂਦੀ ਸੀ, ਮੈਂ ਕੀ ਕੀਤਾ, ਮੈਂ ਇੱਥੋਂ ਤੋਂ ਅਗਲਾ ਜਿਹੜਾ ਪ੍ਰੋਸੈਸ ਹੈ ਉਹ ਕ੍ਰੋਮ ਦੇ ਵਿੱਚ ਖੋਲ ਲਿਆ। ਉਦੋਂ ਬਾਅਦ ਦੇਖੋ ਦੋਸਤੋ ਮੈਨੂੰ ਪੁੱਛ ਰਿਹਾ ਕਿ ਸਿਲੈਕਟ ਡਿਵੀਜ਼ਨ। ਦੋਸਤੋ ਮੈਂ ਕੀ ਕਰਾਂ, ਪਹਿਲਾਂ ਮੈਂ ਰੱਖ ਦਿੰਦਾ, ਪਹਿਲਾਂ ਮੈਂ ਬਠਿੰਡਾ ਭਰ ਦਿੰਦਾ। ਦੋਸਤੋ ਇਹ ਆਪਸ਼ਨਾਂ ਨੇ ਵੀ ਮਤਲਬ ਜੇ ਤੁਹਾਡੀ ਉਹ ਲੱਗੇ, ਤੁਹਾਡੀ ਡਿਊਟੀ ਲੱਗੇ ਤਾਂ ਉਹ ਕਿੱਥੇ ਕਿੱਥੇ ਲੱਗਣੀ ਚਾਹੀਦੀ ਹੈ। ਪਹਿਲਾਂ ਮੈਂ ਬਠਿੰਡੇ ਨੂੰ ਦੇ ਦੇਣਾ, ਦੂਸਰੀ ਮੈਂ ਚੰਡੀਗੜ੍ਹ ਨੂੰ ਦੇ ਦੇਣਾ, ਤੀਸਰੀ ਮੈਂ ਕੀ ਕਰਦਾ। ਦੋਸਤੋ ਇਹਦਾ ਮਤਲਬ ਇਹ ਹੁੰਦਾ ਵੀ ਪਹਿਲਾਂ ਦੇਖੋ ਜੇ ਮਤਲਬ ਤੁਸੀਂ ਸਿਲੈਕਟ ਹੁੰਦੇ ਹੋ ਤਾਂ ਪਹਿਲਾਂ ਬਠਿੰਡਾ ਦੇਖਿਆ ਜਾਊਗਾ। ਜੇ ਬਠਿੰਡੇ ਦੇ ਵਿੱਚ ਸੀਟਾਂ ਫੁੱਲ ਹੋ ਗਈਆਂ, ਮਤਲਬ ਕਿ ਬਠਿੰਡੇ ਦੇ ਵਿੱਚ ਕੋਈ ਇਹਨਾਂ ਨੇ ਕੈਂਡੀਡੇਟ ਰੱਖ ਲਿਆ, ਤਾਂ ਤੁਹਾਨੂੰ ਕੀ ਕਰਨਗੇ, ਫਿਰ ਚੰਡੀਗੜ੍ਹ ਦੇ ਵਿੱਚ ਭੇਜਣਗੇ। ਦੋਸਤੋ ਚੰਡੀਗੜ੍ਹ ਦੇ ਵਿੱਚ ਵੀ ਮਤਲਬ ਜੇ ਸੀਟਾਂ ਫੁੱਲ ਹੋ ਗਈਆਂ ਤਾਂ ਫਿਰ ਕੀ ਕਰਨਗੇ, ਫਿਰ ਇੱਥੇ
जो भी है जिहड़ा भी मैं जिथे जिथे चाहना कि मेरी ड्यूटी इत्थे नहीं तां इत्थे लग जाए। हाँ उदों बाद देखो दोस्तों मतलब जिहड़ा बठिंडा का बठिंडे का पूछ रहे ने तुसीं भी पोस्टल किहड़ा लैना है, तां दोस्तों मैं किसे कुछ भी भर देना दोस्तों, मैनूं किहड़ा पता है, इह तां मैं वैसे ही भर रहा। उस बाद देखो दोस्तों जी पंजवीं है, पंजवीं दोस्तों आप कोई भी जी ऑप्शन वह आप डबल नहीं कर सकते है दोस्तों। देखो मैं सारा कुछ करके मैं इतने सेव एंड प्रिंट पर क्लिक करता, देखो दोस्तों मेरा एप्लीकेशन फॉर्म है जोड़ा वह सक्सैसफुली सबमिट हो गया। देखो दोस्तों मेरा यह जो फॉर्म है सक्सैसफुली सबमिट हो गया, देखो दोस्तों आसी सारा थोड़े सामने है। ठीक है दोस्तों देखो आ मेरे सिग्नेचर आ गए जिहे जे मैं चिपकाए थे दोस्तों उहे जे आणगे, वैसे आ देखो जिहड़े मेरे सिग्नेचर ने वह भी लग गए, तो आ मेरी फोटो लग गई, तो नाम आ गया, फादर नेम आ गया दोस्तों, सारा कुछ आ गया, सारा कुछ भरया गया। तो दोस्तों देखो जे मतलब तुहाडे मन दे विच फिर भी कोई डाउट है जां फिर तुसीं कुछ पूछना चाहते हो तो दोस्तों तुसीं मैनूं पूछ सकदे हो, बाकी तो दोस्तों देखो मैं तुहानूं सारा इहदे विच दस ही दिता। तो दोस्तों यही सी अज दा अपना चैप्टर, तो मैं तुहानूं मिलूंगा दोस्तों बहुत जल्द, तद तक दे लई गुड बाय।